ਦਾਤਾ ਸਾਹਿਬ ਲੈ ਕੇ ਜਾਣੀ ਨਿਕਲ ਮੇਰੇ ਮੈਂ ਨਾਲ ਲਾ ਜਾਂਦਾ ਰਾਂਗਾ ਤਬਾਹ ਉੱਪਰ ਚਾਦਰ ਜਾ ਰਹੀ ਦਿੱਲੀ ਕਰੇ ਚੂਚੇ ਚੂਚੇ ਬਸ ਬੇਟਾ ਆਪਣਾ ਚੂਚਾ ਇਸ ਲਾਈਨ ਤੋਂ ਅੱਗੇ ਨਹੀਂ ਟੱਪਣਾ ਉਹਦਾ ਐਂਡ ਤੱਕ ਪਹੁੰਚ ਜਾਣਾ ਬਚਤ ਤੇ ਦਿੱਲੀ ਕਰੇ ਰਾਤੀ ਤੇ ਨਾਲ ਚੂ ਕੀਤੀ ਨੱਚੇ ਮੈਂ ਕਿਹਾ ਸੀ ਨਾ ਸਾਨੂੰ ਕੋਈ ਵੇਖ ਲੇਕਿਨ ਏਡਾ ਵੀ ਕੀ ਫਰੈਸ਼ ਹੁਣ ਦੱਸੋ ਦੁੱਧ ਬੜੀ ਗਰੀਬ 73,000 ਰੁਪਏ ਦਾ ਸੂਟ ਪਾ ਕੇ ਖਲੋਤੀ ਅੰਨੀ ਜੇ ਉਹਨੂੰ ਕੁਛ ਨੀ ਹੋਣਾ ਤੈਨੂੰ ਰਗੜਾ ਲੱਗ ਜਾਣੀ ਹੈ ਹਲਕਾ ਜੀ ਇੱਥੇ ਪਹੁੰਚ ਚੈੱਕ ਤੇ ਕਰੀਏ ਜਰਾ ਰੱਖੀ ਵਜਾਉਣ ਵਾਸਤੇ ਹਰ ਚਮਕੀਲੀ ਚੀਜ਼ ਮਰਾਸੀ ਨਹੀਂ ਹੁੰਦੀ ਔਰ ਹਰ ਵਿਕਣੇ ਵਾਲੀ ਚੀਜ਼ ਸਾਈਨ ਨਹੀਂ ਹੁੰਦਾ ਯਾਰ ਤੇਰਾ ਕੀ ਪ੍ਰੋਬਲਮ ਹੈ ਮੇਰੇ ਉਸਤਾਦ ਕੀ ਵਿਜਾਣ ਵਾਲਾ ਮਰਾਸੀ ਨਹੀਂ ਹੁੰਦਾ ਮੈਡਮ ਅਸੀਂ ਮਰਾਸੀ ਨਹੀਂ ਹੈ ਤੂੰ ਮਰਾਸੀ ਹੈ ਨਹੀਂ ਮੈਡਮ ਮਰਾਸੀਆ ਕੋਲ ਢੋਲਕੀ ਹੁੰਦੀ ਤੈਨੂੰ ਜੋ ਹੀ ਗਾਂਦੇ ਵਜਾਉਂਦੇ ਨੇ ਅਸੀਂ ਮਰਾਸੀ ਨਹੀਂ ਮੈਡਮ ਤੇ ਕੀ ਹੋ ਫਿਰ ਅਸੀਂ ਕੁਰੈਸ਼ੀ ਹੁੰਨੇ ਮਰਾਸੀਆ ਦੀ ਇੱਜ਼ਤ ਕਰਿਆ ਕਰੋ ਆਦਤ ਸੀ ਫਿਰ ਟੁਰਨ ਦੀ ਬਹਿ ਜਾ ਸ਼ਾਹ ਜੇਬ ਕੱਟਣੀ ਤੂੰ ਕਿਸੇ ਦੀ ਧਿਆਨ ਰੱਖਣਾ ਕੱਲ ਵੀ ਲੈ ਗਿਆ ਸੀ ਮੈਡਮ ਅਸੀਂ ਦੁੱਧ ਜ਼ਰੂਰ ਲਾਂਗੇ ਲੇਕਿਨ ਮੇਰਾ ਇਹਦਾ ਦੁੱਧ ਹੈ ਓਠੜੀ ਦਾ ਸਪੈਸ਼ਲ ਪਿਓਰ ਦੁੱਧੀ ਮਾਸ਼ਾਅੱਲਾ ਤੇ ਚੋਂਦੇ ਕਿਵੇਂ ਜੇ ਇਹਨੂੰ ਮੈਂ ਆਪਣੇ ਹੱਥਾਂ ਨਾਲ ਕੋਈ ਨਹੀਂ ਅੱਛਾ ਜੀ ਆਪਣੇ ਤਰ੍ਹਾਂ ਚੋਣੀ ਆ ਸੋਚ ਇਹ ਅੱਜ ਕਰਕੇ ਉੱਠਦੇ ਆ ਪਾਣੀ ਲਾ ਕੇ ਓਏ ਹੋ ਚੱਲ ਸਾਈ ਨੇ ਧਾਰ ਲੈ ਹੀ ਲੈ ਤੂੰ ਵੀ ਮੈਂ ਸਿਰ ਮੈਡਮ ਇਹ ਕਹਿ ਰਿਹਾ ਕਿ 5,000 ਰੁਪਏ ਥੋੜਾ ਸਾ ਕੋਸਟਲੀ ਹੈ ਥੋੜਾ ਸਾ ਕੰਮ ਕਰੇ ਪੌਣੇ 5 ਕਰ ਲਓ ਨੋ ਨੈਵਰ ਅਸੀਂ ਵੀ ਚਾਹ ਬਣਾਉਣੀ ਕਿਹੜਾ ਮੱਲਣ ਮੇਰੀ ਗੱਲ ਸੁਣੋ
ਉਸਤਾਦ ਜੀ ਤੁਹਾਡੀ ਕੋਈ ਮੇਸੀ ਵੰਡੀ ਹੈ ਇਹ ਨਹੀਂ ਪੁੱਤਰ ਕਰ ਲੈ ਸਾਰੀ ਜ਼ਿੰਦਗੀ ਇਕੱਠੇ ਹੀ ਉਸਤਾਦ ਜੀ ਸਾਹਿਬ ਕਰ ਲੈ ਬੋਲ ਵੀ ਸਾਹਿਬ ਜੀ ਕੀ ਹੋਇਆ ਮੈਂ ਵੀ ਪਤਾ ਨਹੀਂ ਕੀ ਪੂੰਝਿਆ ਸੀ ਇਹਦੇ ਨਾਲ ਵਿੱਚ ਤਾਂ ਮੈਨੂੰ ਖਾਲਾ ਜੀ ਦੀ ਖੁਸ਼ੀ ਤਿਆਰ ਵੇਲੇ ਚੌਕ ਦੇ ਵਿੱਚ ਇਕੱਠੇ ਹੋਏ ਹੁੰਦੇ ਓਏ ਚੋਈ ਸਾਹਿਬ ਆ ਗਏ ਨੇ ਸਾਰੇ ਬੋਲੋ ਬਕਵਾਸ ਬੰਦ ਕਰ ਜੀ ਚੋਈ ਸਾਹਿਬ ਕੀ ਕਾਕਾ ਤੂੰ ਛੋਟਾ ਜੋ ਖਾਨੇ ਮੂੰਹ ਤੇ ਲਾ ਕੇ ਆ ਜਾਂਦਾ ਹੋ ਗਿਆ ਸਾਹਿਬ ਬਹੁਤ ਸ਼ੁਕਰੀਆ ਜੀ ਹੋ ਗਿਆ ਚਿਪਸ ਚੱਕ ਲੱਗੀ ਉੱਤੇ ਨਹੀਂ ਜੀ ਪਾਵੇ ਖਾਦੇ ਸੀ ਨਾ ਛੁੱਟੀ ਹੋ ਗਈ ਭੈਣ ਨੂੰ ਲੈ ਜਾ ਇਹ ਘੈਂਟੀ ਛੁੱਟੀ ਵਾਲੀ ਨੀ ਲੱਛੇ ਵਾਲੀ ਏ ਮੈਂ ਕਿਸੇ ਦੀ ਭੈਣ ਫੋਨ ਨਹੀਂ ਗਿਆ ਆਰਾਮ ਨਾਲ ਤੁਸੀਂ ਬਚਾਇਆ ਸਾਨੂੰ ਇਹ ਕੀ ਹੋ ਰਿਹਾ ਮੈਂ ਸਾਈ ਕੀ ਕਰ ਰਿਹਾ ਮੈਂ ਤੇਰੀ ਉਠਣੀ ਦਾ ਇੰਜਣ ਖੋਲਣ ਲੱਗਾ ਸਾਈ ਜੀ ਹਾਂਜੀ ਸਿੱਧੇ ਹੋ ਜਾਓ ਕਿਉਂ ਜੀ ਜਿਵੇਂ ਤੁਸੀਂ ਹੋਏ ਹੋ ਜੇ ਮਗਰ ਇਹਦਾ ਊਂ ਖਾਇਆ ਤਾਂ ਉਹਨੇ ਮਿੰਟ ਲਾ ਕੇ ਕਹਿਣਾ ਚੋਂ ਚੈ ਆ ਪੱਠੇ ਮਾਸ਼ਾਅੱਲਾ ਬਚ ਹੀ ਜਾਂਦੇ ਹੋਣਗੇ ਕਿੰਨੇ ਦਿਨਾਂ ਤੋਂ ਖਾਂਦੀ ਨਹੀਂ ਪਈ ਮੈਂ ਵੀ ਉਹਦਾ ਮੂੰਹ ਚੱਲੇ ਤੇ ਖਾਏ ਨਾ ਮੈਂ ਖੁਆਨਾ ਓਏ ਕਿਸੇ ਤਾਂ ਬਤਾ ਕਿ ਪੱਠੇ ਖਵਾਣੇ ਤੇ ਪੂਛ ਤੇ ਚੁੱਕ ਪਹਿਲੇ ਬਕਵਾਸ ਕਰ ਬਦਤਮੀ ਅੱਛਾ ਕੀ ਹੋਇਆ ਜੀ ਇੰਨੀ ਦੇਰ ਨੂੰ ਉਹਨੇ ਖਾ ਵੀ ਲੈਣੇ ਸਨ ਉਸਤਾਦ ਜੀ ਨਜ਼ਰ ਲੱਗ ਗਈ ਹੋਣੀ ਤੁਸੀਂ ਮਹਿਮਾਨ ਆਓ ਸਾਡੇ ਕਮਰੇ ਚ ਤੇਰਾ ਕਿਹੜਾ ਕਮਰਾ ਹੈ ਤੁਹਾਨੂੰ ਤੇਰਾ ਕਿਹੜਾ ਕਮਰਾ ਹੈ ਕੈਪੋਚੀਨੋ ਪਿਆਉ ਸਾਈ ਆ ਮੰਗ ਕੇ ਲਿਆਣੀ ਮਿੰਟ ਚ ਲਿਆਣੀ ਮੇਰੀ ਇਜਾਜ਼ਤ ਤੋਂ ਬਗੈਰ ਤੁਹਾਡੇ ਘਰ ਕੋਈ ਮਹਿਮਾਨ ਨਹੀਂ ਜਾ ਸਕਦਾ ਚਲੋ ਤੁਸੀਂ ਲੈ ਕੇ ਆ ਜਾਓ ਮੈਡਮ ਐਸੇ ਉਛਲੀ ਤੁਹਾਡੀ ਪਿਆਰੀ ਹੈ ਥੈਂਕ ਯੂ ਇਹ ਆਪਣਾ ਇਹਦੇ ਨਾਲ ਦੀ ਚਲਦੀ ਚਲਾਉਂਦੀ ਕਿੰਨੇ ਕਿਤੇ ਮਿਲ ਜਾਏਗੀ ਖਬਰਦਾਰ ਇਹਦੇ ਬਾਰੇ ਕੋਈ ਗੱਲ ਕੀਤੀ ਤੇ ਅੱਗੇ ਉਠਣੀ ਹੈ ਨਾ ਆਪ ਖਲੋਤੀ ਰਹਿੰਦੀ ਊਠ ਟਰੱਕਾਂ 'ਚ ਵੱਜ ਵੁੱਜ ਕੇ ਅੱਗੇ ਨਿਕਲ ਜਾਂਦੇ ਨੇ ਉਹਨੂੰ ਕੋਈ ਫਿਕਰ ਨਹੀਂ ਮਾਸ਼ਾਅੱਲਾ ਇਹਦੇ ਨਾਲ ਦੇ ਸਾਰੇ ਊਠ ਅੱਗੋਂ ਬੁੱਢੇ ਹੋ ਗਏ ਉੱਥੇ ਦੀ ਉੱਥੇ ਹੀ ਹੈ ਇਹ ਕਿੰਨੇ ਕੁ ਦੀ ਹੋਏਗੀ ਸਾਥ ਜੀ ਬੇਟਾ ਜਿੱਥੇ ਤੱਕ ਤੇਰੇ ਉਸਤਾਦ ਦਾ ਅੰਦਾਜ਼ਾ ਹੈ ਕੋਈ 1000 ਰੁਪਏ ਦੀ ਫੋਟੋ ਤੇ 500 ਦਾ ਫੱਟਾ ਹੈਗਾ ਮੇਰੀ ਉਸਤਾਦ ਜੀ ਬਦਤਮੀਜ਼ੀ ਨਾ ਕਰੋ ਹਾਂ ਇੰਜ ਨਾ ਕਰੋ ਇਹ ਦੋ ਸਣ ਅੱਛਾ ਜੀ ਆ ਪਿੱਛੇ ਰਾਤ ਨੂੰ ਡਾਕੂ ਆਏ ਨੇ ਅੱਛਾ ਉਹਨਾਂ ਨੂੰ ਖਰੇ ਠੰਡ ਲੱਗੀ ਇੱਕ ਉਹਨਾਂ ਨੇ ਫਿਰ ਸੇਕ ਲਈ ਬੱਚਿਆ ਤੂੰ ਬੱਚਿਆ ਐਡਾ ਬਰੀਕ ਹੋ ਗਏ ਚੜਾ ਦੇ ਚਲੇ ਜਾ ਮੈਂ ਕਿਹਾ ਤੁਸੀਂ ਇਹ ਨਹੀਂ ਵੇਖਿਆ ਕੀ ਜੀ ਹਲੇ ਤੱਕ ਕੁਆਰੀ ਜੇ ਭਾਈ ਸਾਹਿਬ ਇਹ ਨਥਲੀ ਕਿਉਂ ਪਾਉਂਦੇ ਨੇ ਇਹਦਾ ਮਤਲਬ ਇਹ ਵੀ ਕੁਆਰੀ ਏ ਅੱਛਾ ਤੇ ਹੁਣ ਤੇ ਆਪਣੀ ਮਾਂ ਨੂੰ ਕਹਿ ਨਥਲੀ ਲਾ ਦੇ ਦੁੱਧ ਲੈ ਕੇ ਅੰਦਰ ਆ ਤੇ ਮੈਂ ਸਮਝਿਆ ਹੋਰ ਕੋਈ ਚਨਿਓੜ ਦਾ ਫੈਸ਼ਨ ਏ ਸਿੱਧੂ ਲੈ ਕੇ ਆਏ ਸਨ ਅੰਕਲ ਉਸਤਾਦ ਜੀ ਹੁਣ ਦੁੱਧ ਲੈਣ ਜੋ ਕੋਈ ਪੈਸੇ ਨਹੀਂ 5000 ਤੇ ਇਹਦਾ ਕੀ ਕਰੀਏ ਬੇਟਾ ਇੱਥੇ ਰਾਹ ਦੇ ਦੀ ਲੇਤ ਵੀ ਸ਼ਫਾਲ ਹੀ ਹੁੰਦੀ ਓਏ ਆਹੋ ਚੋਈ ਸਾਹਿਬ ਦੇ ਗੋਡੇ ਤੇ ਬੰਨ ਲਾਂਗੇ ਦੁੱਧ ਬੰਨ ਲਾ ਆਪਣਾ ਫੜ ਓਏ ਆਪਣਾ ਜੀ ਸਾਨੂੰ ਦੁੱਧ ਦਿਓ ਅਸੀਂ ਜਾਣਾ ਦੁਕਾਨ ਤੇ ਖਤਮ ਹੋ ਗਿਆ ਚਲੋ ਦਫਾ ਹੋ ਦੁਕਾਨ ਤੇ ਜਾਣਾ ਚੋਈ ਸਾਹਿਬ ਇੱਧਰ ਆ ਜਾਓ ਅੱਜ ਪਾਦਾ ਵੱਟਾ ਹੁੰਦਾ ਕੀ ਮਸਲਾ ਤੇਰਾ ਕੁਛ ਨਹੀਂ ਜੀ ਤੇਰੇ ਯਾਰ 16000 ਰੁਪਈਆ ਤੇ ਛੱਡਣਾ ਮੈਂ ਕੋਈ ਨਹੀਂ ਮੈਂ ਦੰਦਾ ਦਿਆ ਚੋਈ ਸਾਹਿਬ ਇੱਧਰ ਆ ਜਾਓ ਖੋਤੇ ਦੀ ਟਿਊਨਿੰਗ ਕੀਤੀ ਹੋਈ ਇੱਕ ਦੋ 500 ਦੇ ਹੈ ਜੇ ਹੈ ਨੇ ਇੱਕ ਮਿੰਟ ਦੇ ਆਵੇਂ ਨਾ ਬੇਵਕੂਫਾ ਬੰਦੇ ਤੁਸੀਂ ਖਲੋਤੇ ਮੈਂ ਤਾਂ ਦੁੱਧ ਵੇਚ ਰਹੀ
ਗਈਆਂ ਤੁਸੀਂ ਮੇਰੀ ਇਜਾਜ਼ਤ ਤੋਂ ਬਗੈਰ ਇੱਥੇ ਦੁੱਧ ਨਹੀਂ ਵੇਚ ਸਕਦੇ ਕਿਉਂ ਜੀ ਇਸ ਵਾਸਤੇ ਕਿ ਮੈਂ ਇਸ ਏਰੀਏ ਦਾ ਮਾਲਕ ਆ ਤੂੰ ਮਾਲਕ ਜੀ ਆਪਣੀ ਬੂਥੀ ਵੇਖੀ ਹੈ ਕਿਉਂ ਜੀ ਚੰਡਾ ਖਾਣ ਲਈ ਤੇਰੀ ਬੂਥੀ ਹੈ ਤੇਰਾ ਕੀ ਖਿਆਲ ਹੈ ਲੋਕਾਂ ਨੇ ਮਾਰੀਆਂ ਨਹੀਂ ਹੋਣੀਆਂ ਪਰ ਤੂੰ ਠੀਕ ਹੈ ਪਿਓ ਨੇ ਮੇਰੇ ਨਾਂ ਕੀਤੀ ਮੇਰੀ ਇਜਾਜ਼ਤ ਤੋਂ ਬਗੈਰ ਨਹੀਂ ਦੁੱਧ ਵੇਚ ਸਕਦੇ ਇੱਥੇ ₹7,000 ਲਿਖਾ ਲੈਣਾ ਫਿਰ ਤੁਸੀਂ ਇੱਕ ਵਾਰੀ ਵੇਖ ਲਓ ਜੇ ਅੱਛਾ ਲੱਗੇ ਤੇ ਠੀਕ ਹੈ ਓਕੇ ਡਾ ਨਹੀਂ ਤੇ ਪਰਲੇ ਪਾਸੇ ਵੀ ਹੈ ਨਹੀਂ ਗੱਲ ਅੱਛਾ ਤੁਸੀਂ ਇੱਕ ਵਾਰੀ ਦੇਖ ਲਓ ਮੈਂ ਦੇਖ ਲੈਣੀ ਆ ਇਹਨੂੰ ਵੀ ਰਹਿਣ ਵਾਸਤੇ ਜਗ੍ਹਾ ਦਿਓ ਇਹਨੇ ਵੀ ਇੱਥੇ ਰਹਿਣਾ ਹਾਂ ਇਹਨੂੰ ਉੱਥੇ ਪਾਰਕ ਕਰ ਦਿੰਦੇ ਪਾਰਕ ਨਹੀਂ ਖੜੀ ਕਰਨਾ ਨਹੀਂ ਹਾਂ ਨਹੀਂ ਖੜੀ ਵੀ ਰਹੇਗੀ ਪਾਰਕ ਵੀ ਰਹੇਗੀ ਆ ਜਾ ਆ ਜਾ ਤਾ 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 ਪਹਿਲੇ ਤੁਸੀਂ ਚੜੋ ਹਾਂਜੀ ਹਾਂਜੀ ਅੱਗੇ ਜਾ ਕੇ ਨਾ ਜੀ ਅੱਗੋਂ ਸੱਜੇ ਹੱਥ ਹੋ ਜਾਣਾ ਓਕੇ ਓ